ਜਿਨ੍ਹਾਂ ਸਹੂਲਤਾਂ ਵਾਸਤੇ ਅਸੀਂ ਬਿਜਲੀ ਘਰ, DTO ਦਫ਼ਤਰ, RTO ਦਫ਼ਤਰ, ਤਹਿਸੀਲਾਂ ਦੇ ਵਿੱਚ, ਕਚਹਿਰੀਆਂ ਦੇ ਵਿੱਚ, ਸੇਵਾ ਕੇਂਦਰਾਂ ਦੇ ਵਿੱਚ ਧੱਕੇ ਖਾਂਦੇ ਹਾਂ, ਉਹ ਸਹੂਲਤਾਂ ਅਰਵਿੰਦ ਕੇਜਰੀਵਾਲ ਜੀ ਸਿਰਫ 50 ਰੁਪਈਏ ਦੇ ਵਿੱਚ ਦਿੱਲੀ ਦੇ ਨਾਗਰਿਕਾਂ ਨੂੰ ਘਰ ਬੈਠੇ ਬਿਠਾਏ ਦੇ ਰਹੇ ਆ। ਆਪਾਂ ਦੇਖ ਸਕਦੇ ਹਾਂ ਉਹ ਕਿਵੇਂ ਕਰਦੇ ਆ। ਇਹ ਦੇਖ ਸਕਦੇ ਹਾਂ ਆਪਾਂ, ਜਿਵੇਂ ਇਹ 1076 ਨੰਬਰ 'ਤੇ ਇੱਕ ਫੋਨ ਕਰਨਾ ਹੈ। ਕੀ ਲਿਖਿਆ ਹੈ? ਦਿੱਲੀ ਸਰਕਾਰ ਸੇ ਕੰਮ ਹੈ, 1076 ਨੰਬਰ ਪਰ ਫੋਨ ਕਰੇ, ਸਰਕਾਰ ਆਪਕੇ ਘਰ ਆਏਗੀ। ਸੋ ਇਹ ਕਿਹੜੀਆਂ ਸਹੂਲਤਾਂ ਨੇ? 40 ਸਹੂਲਤਾਂ ਦਾ ਇੱਥੇ ਵੇਰਵਾ ਦਿੱਤਾ ਇਹਨਾਂ ਨੇ। ਜਾਤੀ ਪ੍ਰਮਾਣ ਪੱਤਰ OBC, ਜਾਤੀ ਪ੍ਰਮਾਣ ਪੱਤਰ SC ST, ਆਵਾਸ ਪ੍ਰਮਾਣ ਪੱਤਰ ਜਿਸ ਨੂੰ ਅਸੀਂ ਰੈਜੀਡੈਂਟ ਸਰਟੀਫਿਕੇਟ ਕਹਿੰਦੇ ਹਾਂ। ਇਸੇ ਤਰ੍ਹਾਂ ਮਤਲਬ 40 ਸਹੂਲਤਾਂ ਨੇ, ਜਿਵੇਂ 13 ਨੰਬਰ 'ਤੇ ਜੀਵਨ ਸਦੱਸਿਅਤਾ ਸਦੱਸਿਆ ਪ੍ਰਮਾਣ ਪੱਤਰ, 14 ਨੰਬਰ 'ਤੇ ਵਿਵਾਹ ਕਾ ਪੰਜੀਕਰਨ, ਮੈਰਿਜ ਸਰਟੀਫਿਕੇਟ ਬਣਾਉਣ। ਅੰਮ੍ਰਿਤਸਰ ਜਾਂ ਪੰਜਾਬ ਦੇ ਵਿੱਚ ਕਿਤੇ ਜਾਣਾ ਹੋਵੇ ਤਾਂ ਮੇਰਾ ਖਿਆਲ 10,000 ਰੁਪਈਆ ਲੈ ਕੇ ਜਾਣਾ ਪੈਂਦਾ। 17 ਨੰਬਰ 'ਤੇ ਵੇਖ ਸਕਦੇ ਹਾਂ ਵਿਕਲਾਂਗਤਾ ਪੈਨਸ਼ਨ ਯੋਜਨਾ, ਜਿਹੜੇ ਲੋਕ ਡਿਸੇਬਲਡ ਨੇ, ਹੈਂਡੀਕੈਪਡ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਹਾਂ। ਇੱਥੇ ਆਪਾਂ 25 ਨੰਬਰ 'ਤੇ ਦੇਖਦੇ ਹਾਂ ਲਰਨਰ ਲਾਇਸੈਂਸ। ਪੰਜਾਬ ਦੇ ਵਿੱਚ ਲਰਨਰ ਲਾਇਸੈਂਸ ਬਣਾਉਣਾ ਹੋਵੇ ਤਾਂ 2,250 ਰੁਪਈਆ ਲੱਗ ਜਾਂਦਾ। 27 ਨੰਬਰ 'ਤੇ ਡਰਾਈਵਿੰਗ ਲਾਇਸੈਂਸ ਦਾ ਨਵੀਨੀਕਰਨ, ਫਿਰ 4,000-5,000 ਰੁਪਈਆ ਲੱਗ ਜਾਂਦਾ। 28 ਨੰਬਰ 'ਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ। ਸੋ ਮਤਲਬ ਇਹ ਉਹ 40 ਸਹੂਲਤਾਂ ਨੇ ਜਿਹੜੀਆਂ ਘਰ ਬੈਠੇ ਬਿਠਾਏ 1076 ਨੰਬਰ 'ਤੇ ਫੋਨ ਕਰੋ ਅਤੇ ਦਿੱਲੀ ਦੇ ਲੋਕਾਂ ਨੂੰ ਮਿਲਦੀਆਂ ਨੇ। ਔਰ ਇਹਦੇ ਲਈ ਕੀ ਪ੍ਰੋਸੀਜਰ ਹੈ? ਦਿੱਲੀ ਕੇ ਨਾਗਰਿਕ ਅਬ ਘਰ ਬੈਠੇ ਸਰਕਾਰੀ ਸੇਵਾਓਂ ਕਾ ਲਾਭ ਉਠਾਨੇ ਕੇ ਲੀਏ 1076 ਨੰਬਰ ਪਰ ਕਾਲ ਕਰੇ, ਅਤੇ ਉਸੇ ਵੇਲੇ ਸਰਕਾਰੀ ਅਧਿਕਾਰੀ ਆਏਗਾ। 50 ਰੁਪਏ, ਸਿਰਫ 50 ਰੁਪਏ ਲੱਗਣੇ ਆ। ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ 50 ਰੁਪਈਏ, ਜਨਮ ਸਰਟੀਫਿਕੇਟ ਬਣਾਉਣਾ ਹੋਵੇ 50 ਰੁਪਈਏ, ਕਿਤੇ ਜਾਣ ਦੀ ਲੋੜ ਨਹੀਂ ਆ। 1076 ਨੰਬਰ 'ਤੇ ਕਾਲ ਕਰਨੀ ਆ, ਡਰਾਈਵਿੰਗ ਲਾਇਸੈਂਸ, ਲਰਨਰ ਲਾਇਸੈਂਸ। ਦੂਸਰੇ ਲਾਇਸੈਂਸ ਲਈ ਟੈਸਟ ਦੇਣ ਵਾਸਤੇ ਦਫ਼ਤਰੇ ਜਾਣਾ ਪਏਗਾ, ਲੇਕਿਨ ਉਹ ਵੀ ਉਨਾ ਔਖਾ ਨਹੀਂ ਆ ਜਿੰਨਾ ਪੰਜਾਬ 'ਚ ਜਾਂ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਹੈ। ਸੋ ਸਿਰਫ 50 ਰੁਪਏ ਦੇ ਵਿੱਚ ਇਹਦੇ ਵਿੱਚੋਂ ਆਪਾਂ ਇੱਕ ਫੋਨ ਕਰਨਾ ਹੈ, 50 ਰੁਪਏ ਦੇ ਨਾਲ ਤੁਹਾਨੂੰ ਉਹ ਸਹੂਲਤ ਘਰ ਬੈਠੇ ਬਿਠਾਏ ਮਿਲੇਗੀ। ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਵਾਂ, 2017 ਦੇ ਵਿੱਚ ਸਾਡੇ ਕੋਲੋਂ ਜੋ ਗਲਤੀ ਹੋ ਗਈ ਆ ਉਸ ਨੂੰ ਹੁਣ ਆਪਾਂ ਜ਼ਿੰਦਗੀ 'ਚ ਕਦੀ ਨਹੀਂ ਦੁਹਰਾਉਣਾ। ਆਪਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੋਟਾਂ ਪਾ ਬੈਠੇ ਹਾਂ, ਅਸੀਂ ਤਾਂ ਨਹੀਂ ਪਾਈਆਂ। ਬੜੇ ਲੋਕਾਂ ਅੱਗੇ ਹੱਥ ਜੋੜੇ, ਬੜਾ ਲੋਕਾਂ ਨੂੰ ਸਮਝਾਇਆ ਕਿ ਇਹਨਾਂ ਨੂੰ ਆਪਾਂ ਛੱਡ ਦਈਏ। 2002 ਤੋਂ 2007 ਤੱਕ ਆਪਾਂ ਕੈਪਟਨ ਅਮਰਿੰਦਰ ਸਿੰਘ ਵੇਖਿਆ ਸੀ, ਇਹੋ ਹੀ CM ਸੀ। ਜੇ ਇਹਨੇ ਉਦੋਂ ਨਹੀਂ ਕੋਈ ਸਵਾਰਿਆ ਤਾਂ ਹੁਣ ਕੀ ਸਵਾਰਨਾ ਸੀ? ਸੋ ਵੀਰੋ, ਜੇ ਅਸੀਂ ਸਹੂਲਤਾਂ ਲੈਣੀਆਂ ਸਾਨੂੰ ਰੋਜ਼ ਆਹ ਸਹੂਲਤਾਂ ਚਾਹੀਦੀਆਂ। ਇਹ ਮੇਰੇ ਸਾਥੀ ਨੇ ਮੇਰੇ ਨਾਲ ਤਰਨ ਤਾਰਨ ਤੋਂ ਵਰਿੰਦਰ ਸਿੰਘ, ਮੈਂ ਅਸੀਂ ਦੋਵੇਂ ਭਰਾ ਤੁਹਾਨੂੰ ਇਹ ਬੇਨਤੀ ਕਰਦੇ ਹਾਂ, ਜੇ ਸਾਨੂੰ ਇੱਦਾਂ ਸਹੂਲਤਾਂ ਚਾਹੀਦੀਆਂ ਨੇ, ਬਿਜਲੀ ਪਾਣੀ ਦਿੱਲੀ 'ਚ ਫ੍ਰੀ ਆ, ਹੈਲਥ ਫ੍ਰੀ ਆ, ਅਤੇ ਜੇ ਆਪਾਂ ਨੂੰ ਇਹ ਸਹੂਲਤਾਂ ਚਾਹੀਦੀਆਂ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈਏ। ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।